अमृतसर दे विच श्री हरिमंदर साहिब विखे उस समय हंगामा हो गया जदों निहंग सिंह ने श्री दरबार साहिब दे नेड़े एक निजी होटल दे विच देह व्यापार दा धंधे दा इल्जाम लगा के लड़कियां दी कुटमार कीती। पर हुण इस मामले दे विच उदों नवां मोड़ आ गया जदों लड़कियां ने निहंग सिंह दे उत्ते गंभीर इल्जाम लगा दित्ते। उत्ते दूजे पासे निहंग सिंह दीआं कुछ वीडियो भी सामने आईआं अते कुटमार करन दीआं वीडियो भी सामने आईआं। एक वीडियो दे विच निहंग सिंह ने मुआफी भी मंगी है ते पुलिस मुलाजमां नाल बहस भी करदा नजर आया। ਭਾਜੀ ਕਹਿੰਦੇ ਆ ਮੁਨਸ਼ੀ ਸਾਹਿਬ ਕਹਿੰਦੇ ਆ ਵੀ ਜੇ ਤੁਸੀਂ ਕਾਰਵਾਈ ਕਿਸੇ ਤੇ ਕਰਨੀ ਆ ਕਾਨੂੰਨ ਦੇ ਦਾਇਰੇ ਚ ਕਾਰਵਾਈ ਕਰੋ। ਕਈ ਵਾਰੀ ਮੁੰਡਾ ਹੱਥ ਆਂਦਾ ਕੁੜੀ ਨਹੀਂ ਹੱਥ ਹੁੰਦੀ, ਕੁੜੀ ਹੱਥ ਆਂਦੀ ਮੁੰਡਾ ਨਹੀਂ ਹੱਥ ਹੁੰਦਾ। ਉਹ ਕਹਿੰਦੇ ਜੀ ਕਾਨੂੰਨ ਦੇ ਦਾਇਰੇ ਚ ਗੱਲ ਕਰੋ। ਚਲੋ ਅਸੀਂ ਸਵੇ ਕਾਨੂੰਨ ਦੇ ਦਾਇਰੇ ਚ ਗੱਲ ਕਰ ਲੈਂਦੇ ਵੱਡੇ ਅਫਸਰ ਨੂੰ ਮਿਲ ਕੇ ਕਿ ਮੈਂ ਸੱਚੂ ਸਾਹਿਬ ਨਾਲ ਗੱਲ ਕਰਕੇ ਕੱਲ ਤਾਂ ਕਾਰਵਾਈ ਕੀਤੀ। ਚਲੋ ਕੋਈ ਨਹੀਂ ਸਰ, ਆਪਾਂ ਸਵੇਰੇ ਮਿਲ ਲੈਨੇ ਉਹਨਾਂ ਨੂੰ। ਤੁਸੀਂ ਸਰ ਜੇ ਕਹਿਣਗੇ ਵੀ ਨਾਲ ਗੱਲ ਕੀਤੀ ਸੀ ਅਫਸਰ ਕੀ ਕਹਿੰਦੇ, ਮੈਂ ਸੱਚੂ ਸਾਹਿਬ ਨਾਲ ਕੀਤੀ ਗੱਲ। ਹਾਂਜੀ ਕੀ ਆਉਂਦੇ ਆ? ਹਾਂਜੀ ਕਦੀ ਕੁੜੀ ਫੜ ਲਈ, ਕਦੀ ਮੁੰਡਾ ਫੜ ਲਿਆ। ਹਾਂਜੀ ਹਾਂਜੀ। ਪਰ ਰਾਤ ਦੇ ਹੁਣ ਕਿੰਨਾ ਟਾਈਮ ਹੋ ਗਿਆ ਜੇ? 2 ਵਜ ਗਏ। ਤੁਸੀਂ ਉਧਰ ਮੈਨੂੰ ਕਹਿਣਾ ਅਸੀਂ ਤੁਹਾਡਾ ਸਤਿਕਾਰ ਕਰਦੇ, ਅੱਜ ਅਸੀਂ ਵੀ ਤੁਹਾਡਾ ਸਤਿਕਾਰ ਕਰਦੇ ਆ। ਅਸੀਂ ਵੀ ਸਤਿਕਾਰ ਸਾਹਿਬ ਕਹਿੰਦੇ ਜੇ ਕੱਲ ਨੂੰ ਅਸੀਂ ਗਲਤ ਆ, ਅਸੀਂ ਗਲਤ ਨਹੀਂ ਆਵਾਂਗੇ। ਠੀਕ ਆ ਜੀ, ਅਸੀਂ ਅਫਸਰਾਂ ਨਾਲ ਗੱਲ ਕਰਾਂਗੇ, ਨਹੀਂ ਆਉਂਦੇ। ਕਰ ਲਓ ਗੱਲ ਅਫਸਰਾਂ ਨਾਲ ਜਾ ਕੇ। ਠੀਕ ਆ ਜੀ। ਉੱਥੇ ਹੀ ਜਿਹੜੀਆਂ ਲੜਕੀਆਂ ਦੇ ਨਾਲ ਨਿਹੰਗ ਸਿੰਘ ਨੇ ਕੁੱਟਮਾਰ ਕੀਤੀ, ਉਹਨਾਂ ਨੇ ਮੀਡੀਆ ਦੇ ਸਾਹਮਣੇ ਹੋਸ਼ ਉਡਾਊ ਖੁਲਾਸੇ ਕਰ ਦਿੱਤੇ ਤੇ ਨਿਹੰਗ ਸਿੰਘ ਤੇ ਗੰਭੀਰ ਇਲਜ਼ਾਮ ਲਗਾਏ ਨੇ। ਹਾਂਜੀ, ਕੀ ਨਾਮ ਤੁਹਾਡਾ? ਪੂਜਾ ਸਰ। झुंडे बुटे चपेड़ा मारिया है, उतो गंद बकदा है, गस्तियां गस्तियां भैन चौदा नी दे घोड़िया है वा। अगर अगर अज भी असि दरबार साहब लंगर खा के आंदे हीगे, अन्ने तुहानू रिक्शे उत्तों स्पैशल तार के मेरे नाल दे ते चपेड़ा मारिया वा, उत्तों गालां कढ़ियां वा। ठीक है, फिर मैनू भी इत्थों भजाया वा इन्ने, उहनू भी इन्ना कुट्टिया, बहुत ज़्यादा कुट्टिया इन्ने। कदी कहिंदा आधार कार्ड दिखाओ आपदे, ताड़ियां अहीं इत्थे काम करदे हैगे सर, अपना घर चलाने आ, अपनियां मजबूरियां नू आने इत्थे, ਇਹ ਆ ਕੇ ਸਾਨੂੰ ਤੰਗ ਕਰਦਾ ਹੈਗਾ ਵਾ, ਸਾਡੇ ਕੰਮ ਬੰਦ ਕੀਤੇ ਹੋਏ ਆ ਇਹਨੇ, ਸਾਰਾ ਕੁਛ ਕਰਦਾ ਹੈ ਸਰ, ਪੈਸੇ ਮੰਗਦਾ, ਕਦੀ ਜਿਹੜੀਆਂ ਦੇ ਦਿੰਦੀਆਂ ਉਹ ਸਹੀ ਮੁੰਡਿਆਂ ਨੂੰ ਕੁੱਟਦਾ ਹੈਗਾ, ਮੁੰਡਿਆਂ ਦੇ ਮਗਰ ਭਜਦਾ, ਉਹਨਾਂ ਤੋਂ ਪੈਸੇ ਲੈਂਦਾ ਵਾ ਜਾ ਕੇ, ਤੇ ਜਦੋਂ ਇਹਦੇ ਨਾਲ ਗਲਤ ਕੰਮ ਕਰ। ਕੀ ਨਾਮ ਤੁਹਾਡਾ? ਮੇਰਾ ਨਾਮ ਅਰਸ਼ਪ੍ਰੀਤ ਕੌਰ ਹੈ ਜੀ। ਹਾਂਜੀ, ਕੀ ਹੋਇਆ ਤੁਹਾਡੇ ਨਾਲ? ਕੱਲ੍ਹ ਲਿਆਂਗੇ ਨੇ ਕੀ ਕੱਪੜੇ ਪਾੜੇ ਤੁਹਾਡੇ? ਹਾਂਜੀ, ਸ਼ੇਰਾਂ ਵਾਲੇ ਗੇਟ ਦੇ ਥੱਲੇ ਮੇਰੇ ਕੱਪੜੇ ਵੀ ਪਾੜੇ, 2-4 ਮੁੰਡੇ ਨਾਲ ਲਿਆ ਕੇ। ਸਰਦਾਰ ਜੀ, ਫਰਜ਼ੀ ਨਿਹੰਗ ਆ ਇਹ, ਕੁੜੀਆਂ ਨਾਲ ਗਲਤ ਹੁੰਦਾ ਆ, ਜੇ ਇਹਦੇ ਨਾਲ ਗਲਤ ਹੋ ਜਾਈਏ ਤਾਂ ਫਿਰ ਸਹੀ ਆ, ਜੇ ਨਹੀਂ ਗਲਤ ਹੋਈਏ ਤਾਂ ਫਿਰ ਸਾਨੂੰ ਜੀਣਾ ਆਰਾਮ ਕਰ ਦਿੰਦਾ। ਮੈਂ ਚਾਹ ਪੀ ਕੇ ਆਂਡੀ ਬੱਸ ਸਟੈਂਡ ਤੋਂ ਆਟੋ ਵਾਲੇ ਦੇ ਆਟੋ 'ਚ ਬੈਠੀ, ਇਹਨੇ ਆਟੋ 'ਚ ਮੇਰੇ ਇੱਥੋਂ ਫੜ ਕੇ ਕੱਪੜੇ ਪਾੜ ਕੇ ਥੱਲੇ ਲਾਇਆ, ਫਿਰ ਮੇਰੇ ਚਪੇੜਾਂ ਮਾਰੀਆਂ, ਨਾਲੇ ਮੇਰੇ ਕੱਪੜੇ ਪਾੜੇ, ਅਤੇ ਫਿਰ ਜਦੋਂ ਮੈਂ ਘਰ ਨੂੰ ਚੱਲੀ ਵਾਪਸ ਤਾਂ ਮੇਰੇ ਲੱਕ 'ਚ ਲੱਤ ਮਾਰ ਕੇ ਮੈਨੂੰ ਥੱਲੇ ਸੁੱਟਿਆ। ਇਹਦਾ ਰੋਜ਼ ਦਾ ਹੀ ਹੈ, ਰੋਜ਼ ਹੀ ਆਣ ਕੇ ਸਾਨੂੰ ਇੱਦਾਂ ਹੀ ਕਰਦਾ। ਕੱਲ੍ਹ ਤਾਂ ਮੇਰਾ 1 ਵਜੇ ਤੋਂ ਲੈ ਕੇ 3:30 ਵਜੇ ਤੱਕ ਇਹਨਾਂ ਨੇ ਮੇਰਾ ਜੀਣਾ ਆਰਾਮ ਕੀਤਾ, ਨਾਲੇ ਚਪੇੜਾਂ ਮਾਰੀਆਂ, ਗਲਾ ਘੁੱਟਿਆ। ਕੀ ਮੰਗ ਕਰਦੇ ਆ? ਅਸੀਂ ਇਨਸਾਫ਼ ਦੀ ਮੰਗ ਕਰਦੇ, ਸਾਨੂੰ ਪਿਸਤਲ ਦਿਖਾ ਦਿਖਾ ਕੇ ਨਾ ਅਤੇ ਬਲੈਕਮੇਲ ਕਰਦਾ ਆ, ਕਹਿੰਦਾ ਮਕਬੂਲ ਪੂਰੇ ਚੱਲੋ ਝਾੜੀਆਂ 'ਚ ਮੇਰੇ ਨਾਲ ਗਲਤ ਕੰਮ ਕਰਨ, ਜਿਹੜੀ ਚੱਲ ਜਾਂਦੀ ਆ ਉਹਨੂੰ ਕੁਝ ਨਹੀਂ ਕਹਿੰਦਾ, ਅਤੇ ਜਿਹੜੀ ਨਹੀਂ ਜਾਂਦੀ ਉਹਨਾਂ ਜਿੱਦਾਂ ਮੇਰੇ ਨਾਲ ਰਾਤੀ ਕੀਤਾ ਇੱਦਾਂ ਹੀ ਕਰਦਾ। ਹਾਂਜੀ, ਕੀ ਨਾਮ ਤੁਹਾਡਾ? ਨਵਜੋਤ। ਹਾਂਜੀ, ਕੀ ਹੈ ਸਾਰਾ ਜਿਹੜਾ ਨਿਹੰਗ ਆ ਕੇ ਤੁਹਾਨੂੰ ਕੁੱਟਦਾ, ਕੀ ਹੈ ਸਾਰਾ ਮਾਮਲਾ? ਸਰ ਜੀ, ਜਿਹੜਾ ਨਿਹੰਗ ਹੈ ਸਾਨੂੰ ਇੱਥੇ ਸਾਡੇ ਨਾਲ ਜ਼ਬਰਦਸਤੀ ਕਰਦਾ ਆ, ਸਾਨੂੰ ਲਿਜਾ ਕੇ ਗਲਤ ਕੰਮ ਵੀ ਕਰਦਾ ਆ। ਪਹਿਲੇ ਸਾਨੂੰ ਕਹਿੰਦਾ ਮੇਰੇ ਨਾਲ ਇੱਦਾਂ ਇੱਦਾਂ ਗਲਤ ਕੰਮ ਕਰੋ ਅਤੇ ਤੁਹਾਨੂੰ ਅਸੀਂ ਤੰਗ ਨਹੀਂ ਕਰਾਂਗੇ। ਉਹ ਤੋਂ ਬਾਅਦ ਫਿਰ ਦੂਜੇ ਦਿਨ ਹੋਰ ਮੁੰਡੇ ਲਿਆਉਂਦਾ ਆ ਅਤੇ ਫਿਰ ਸਾਨੂੰ ਕੁੱਟਦਾ, ਤਾਂ ਕਹਿੰਦਾ ਇਹਨਾਂ ਨਾਲ ਵੀ ਹੁਣ ਗਲਤ ਕੰਮ ਕਰੋ ਤਾਂ ਫਿਰ ਨਹੀਂ ਕੁੱਟੂੰਗਾ, ਤਾਂ ਨਜਾਇਜ਼ ਕਰਦਾ ਪਿਆ ਆ ਸਾਡੇ ਨਾਲ, ਕਦੀ ਸਾਨੂੰ ਕੁੱਟਦਾ ਆ, ਕਦੀ ਸਾਡੇ ਨਾਲ ਗਲਤ ਕੰਮ ਕਰਦਾ ਆ। ਅਤੇ ਮੇਰੇ ਨਾਲ ਦੋ ਨਿਹੰਗ ਆ ਜਿਨ੍ਹਾਂ ਨੇ ਗਲਤ ਕੰਮ ਵੀ ਕੀਤਾ ਆ ਅਤੇ ਉੱਤੋਂ ਸਾਨੂੰ ਕੁੱਟਦਾ ਵੀ ਆ। ਨਾਮ ਪਤਾ ਉਹਨਾਂ ਦੇ? ਨੰਗਾ ਇੱਕ ਦਾ ਨਾਮ ਹੈ ਲਵ, ਦੂਜੇ ਦਾ ਨਾਮ ਸਰ ਮੈਨੂੰ ਪਤਾ ਨਹੀਂ, ਜਿਹੜਾ ਜਿਹਨੇ ਆਪਣੇ ਕੋਲ ਪਿਸਟਲ ਜੀ ਰੱਖੀ ਹੋਈ ਹੈ ਉਹਦਾ ਨਾਮ ਲਵ ਹੈ। ਧਮਕੀਆਂ ਦਿੰਦਾ ਤੁਹਾਨੂੰ? ਹਾਂਜੀ ਸਰ ਜੀ, ਧਮਕੀਆਂ ਦਿੰਦਾ, ਅੱਗੋਂ ਸਾਨੂੰ ਕਹਿੰਦਾ ਤੁਹਾਨੂੰ ਮਾਰੂੰਗਾ ਕੁੱਟੂੰਗਾ ਅਤੇ ਤੁਹਾਨੂੰ ਇੱਥੇ ਰਹਿਣ ਨਹੀਂ ਦੇਣਾ, ਬਹੁਤ ਜ਼ਿਆਦਾ ਦੁਖੀ ਕੀਤਾ ਹੋਇਆ ਇਹਨੇ ਸਾਨੂੰ। ਕਿੰਨੀ ਦੇਰ ਤੋਂ ਇਹ ਤੁਹਾਨੂੰ ਹਰਾਸਮੈਂਟ ਕਰ ਰਿਹਾ? ਇਹਨੂੰ ਸਰ ਘੱਟ ਤੋਂ ਘੱਟ 2 ਮਹੀਨੇ ਹੋ ਗਏ ਇਹ ਸਾਨੂੰ ਹਰਾਸਮੈਂਟ ਕਰ ਰਿਹਾ, ਕਦੀ ਕਿਸੇ ਕੁੜੀ ਦੇ ਕੱਪੜੇ ਪਾੜ ਦਿੰਦਾ ਆ, ਕਿਸੇ ਕਦੀ ਕਿਸੇ ਦਾ ਸਿਰ ਪਾੜ ਦਿੰਦਾ ਆ,
ਤੇ ਇਹਨੇ ਸਾਨੂੰ ਬਹੁਤ ਦੁਖੀ ਕੀਤਾ ਹੋਇਆ ਤੇ ਸਾਡੀ ਆਈ ਰਿਕੁਐਸਟ ਹੈ ਜੀ ਪਲੀਜ਼ ਇਹਦਾ ਕੁਝ ਕੀਤਾ ਜਾਵੇ। ਤੁਹਾਨੂੰ ਕਿੱਥੇ ਲੈ ਕੇ ਗਿਆ ਸੀਗਾ? ਇਹ ਮੈਨੂੰ ਮਕਬੂਲਪੁਰੇ ਫਲੈਟਾਂ ਦੇ ਕੋਲ ਸਰ ਜੀ ਤੇ ਝਾੜੀਆਂ ਦੇ ਵਿੱਚ ਇਹਨੇ ਝਾੜੀਆਂ ਦੇ ਉੱਥੇ ਸਾਈਡ 'ਤੇ ਕੰਮ ਲਾਇਆ। ਮੈਂ ਤੁਹਾਨੂੰ ਜਗ੍ਹਾ ਵੀ ਦਿਖਾ ਸਕਦੀ ਹਾਂ ਜੀ ਤੇ ਕੰਮ ਵੀ ਲਾਇਆ ਤੇ ਉਹ ਵੀ ਬਿਨਾਂ ਸੇਫਟੀ ਤੋਂ ਨੇ ਦੋਨੋਂ ਜਣੇ ਸੀਗੇ ਦੋਨਾਂ ਨੇ ਕੰਮ ਕੀਤਾ। ਮੈਨੂੰ ਕੀ ਮੰਗ ਕਰਦੇ ਹੋ ਸਰ? ਮੈਂ ਆਈ ਕੀਤੀ ਆਈ ਕਹਿੰਦੀ ਹਾਂ ਕਿ ਇੱਥੇ ਕੋਈ ਨਾ ਕੋਈ ਕਾਰਵਾਈ ਕੀਤੀ ਜਾਵੇ ਅਤੇ ਸਾਰੀ ਕੁੜੀਆਂ ਦਾ ਤੁਸੀਂ ਸਾਥ ਦਿਓ ਕਿਉਂਕਿ ਇਹ ਬਹੁਤ ਜ਼ਿਆਦਾ ਗਲਤ ਬੰਦਾ ਅਤੇ ਗਲਤ ਕਰਦਾ ਪਿਆ ਹੈ। ਨਿਹੰਗ ਸਿੰਘ ਨੇ ਜਦੋਂ ਦੇਹ ਵਪਾਰ ਦੇ ਧੰਦੇ ਨੂੰ ਲੈ ਕੇ ਕਥਿਤ ਥਾਂ ਉੱਤੇ ਛਾਪੇਮਾਰੀ ਕੀਤੀ ਤਾਂ ਹੋਟਲ ਦੇ ਮਾਲਕ ਸਮੇਤ ਮਹਿਲਾਵਾਂ ਨੂੰ ਵੀ ਘੇਰ ਲਿਆ। ਇਸ ਤੋਂ ਬਾਅਦ ਨਿਹੰਗ ਸਿੰਘ ਨੇ ਪੁਲਿਸ ਨੂੰ ਬੁਲਾਉਣ ਦੀ ਬਜਾਏ ਖੁਦ ਹੀ ਕੁੜੀਆਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ, ਜਿਸ ਨੂੰ ਲੈ ਕੇ ਜਦੋਂ ਪੁਲਿਸ ਮੁਲਾਜ਼ਮ ਨੇ ਇਸ 'ਤੇ ਇਤਰਾਜ਼ ਜਤਾਇਆ ਤਾਂ ਬਹਿਸ ਕਰਦੇ ਨਜ਼ਰ ਆਏ। ਕੋਸ਼ਿਸ਼ ਕਾਫੀ ਕੀਤੀ ਹੈ, ਮੈਂ ਦੋ ਚੋਰ ਫੜੇ ਅੱਗੇ ਵੀ, ਦੋਨੇ ਹਵਾਲੇ ਕੀਤੇ ਆ ਬੱਸ ਸਟੈਂਡ ਦੇ, ਠੀਕ ਹੈ ਜੀ। ਤੋ ਮੈਂ ਮਹਿਕਮੇ ਦੇ ਨਾਲ ਚੱਲਦਾ, ਮੈਨੂੰ ਮਹਿਕਮੇ ਨੇ ਸਰਵਿਸ ਦਿੱਤੀ ਹੈ, ਮੈਂ ਮਹਿਕਮੇ ਦੇ ਨਾਲ ਚੱਲ ਰਿਹਾ, ਠੀਕ ਹੈ ਜੀ। ਮੈਂ ਇਹਦੇ ਨਾਲ ਜੋ ਵੀ ਕਹਿਣਗੇ ਮੈਂ ਸੈਟ ਬਾਈ ਹਾਂ, ਮੈਂ ਬਿਲਕੁਲ ਮੈਂ ਕਹਿਣਾ ਆਖ ਰਹੀ ਹਾਂ ਵੀ ਮਤਲਬ ਧੰਦਾ ਮੁੱਕਣਾ ਚਾਹੀਦਾ, ਠੀਕ ਹੈ। ਇਹਦਾ ਮਤਲਬ ਥੋੜ੍ਹਾ ਵੀ ਤਿੰਨ ਚਾਰ ਜਾਣੇ ਆ ਕੇ ਵੀ ਮਤਲਬ ਇਹ ਦੋਸਤ ਨਹੀਂ ਕਰਨੀ ਚਾਹੀਦੀ, ਮਤਲਬ ਮੀਨ ਸਾਨੂੰ ਨਾਲ ਲੈਣ, ਜੇ ਆਪਾਂ ਨਾਲ ਜਾਈਏ ਫਿਰ ਮਕਸਦ ਬਣਦਾ ਵੀ ਆਪਾਂ ਨਹੀਂ ਗਏ, ਆਪ ਇਕੱਲੇ ਤੁਸੀਂ ਚੱਲ ਜਾਂਦੇ ਹੋ ਮਗਰ ਕੁੜੀਆਂ ਦੇ ਅਤੇ ਉਹ ਡਰ ਕੇ ਇੱਧਰ ਆ ਭੱਜਦੇ ਜਾਂ ਉੱਧਰ ਭੱਜਦੇ, ਕਿਹਦਾ ਐਕਸੀਡੈਂਟ ਹੋ ਜਾਏ, ਆਪਾਂ ਜ਼ਿੰਮੇਵਾਰ ਨਹੀਂ ਹੈਗੇ, ਅਸੀਂ ਜ਼ਿੰਮੇਵਾਰ ਬਿਲਕੁਲ ਨਹੀਂ ਹੈਗੇ। ਹਾਂ ਤੁਸੀਂ ਬਾਬਾ ਜੀ ਜਦੋਂ ਆਉਂਦੇ ਹੋ ਪਹਿਲਾਂ ਸਾਨੂੰ ਆਪਾਂ ਗੱਡੀ ਲੱਗੀ ਹੈ, ਤੁਸੀਂ ਕਿਹਾ ਬਾਬਾ ਜੀ ਸਾਡੇ ਨਾਲ ਚਲੋ, ਜੇ ਅਸੀਂ ਨਹੀਂ ਚੱਲਾਂਗੇ ਅਸੀਂ ਗੁਨਾਹਗਾਰ ਹਾਂ। ਮੈਨੂੰ ਕਹਿੰਦੇ ਜੀ ਤੁਸੀਂ ਕਿਰਪਾਨਾਂ ਫੜੀਆਂ ਹੱਥ 'ਚ 12 ਵਜੇ ਤੱਕ ਤੁਸੀਂ ਨਹੀਂ ਇੱਥੇ ਘੁੰਮ ਸਕਦੇ। ਮੈਂ ਕਿਹਾ ਸਰ ਕਿੰਨਾ ਚਿਰ ਹੋ ਗਿਆ ਤੁਹਾਡੀ ਇੱਥੇ ਗੱਡੀ ਲੱਗੀ ਰਹਿੰਦੀ ਆ, ਇੱਥੇ 12 ਘੰਟੇ ਕੰਮ ਚੱਲਦਾ, ਲੋਕ ਸਾਨੂੰ ਫੋਨ ਕਰਦੇ ਆ ਬਾਬਾ ਜੀ ਸ਼ੇਰ ਵਾਲੇ ਗੇਟ ਆਇਓ, ਬਾਬਾ ਜੀ ਮਾਹ ਸਿੰਘ ਗੇਟ ਆ ਜਾਓ, ਇਹਨਾਂ ਦੀ ਗੱਡੀ ਲੱਗੀ 'ਤੇ ਵੀ ਬਾਬਾ ਜੀ ਮਾਹ ਸਿੰਘ ਗੇਟ ਆਇਓ ਇੱਥੇ, ਅਤੇ ਆਹ ਕੰਮ ਹੋ ਗਿਆ ਜੀ। ਪਰਸੋਂ ਇਹ ਮੈਨੂੰ ਕਹਿੰਦੇ ਵੀ ਇਹ ਨਾ ਜੀ ਅਸੀਂ ਕਾਰਵਾਈ ਕਰਾਂਗੇ ਕੁੜੀ ਲਿਆਓ, ਮੈਂ ਕੁੜੀ ਅਤੇ ਮੁੰਡਾ ਦੋਵੇਂ ਲਿਆਂਦੇ, ਸਾਰੂ ਨੇ ਡੂੜੀ ਦੇ ਨਹੀਂ ਹੈਗੇ, ਡੂੜੀ ਦੇ ਨਹੀਂ ਲੱਭੇ। ਉਹਨੂੰ ਪੁੱਛਿਆ ਸਰ ਕਿੱਥੇ ਆ, ਪਤਾ ਨਹੀਂ ਜੀ, ਥਾਣੇ ਗਿਆ, ਸਰ ਕਿੱਥੇ ਆ ਪਤਾ ਨਹੀਂ ਜੀ, ਇੱਕ ਮਿੰਟ ਮੇਰੀ ਗੱਲ ਸੁਣਿਓ ਨਾ, ਸ਼ਮਸ਼ੇਰ ਲਾਲ ਉੱਥੇ ਬੈਠਾ ਇੰਚਾਰਜ ਆ, ਸ਼ਮਸ਼ੇਰ ਲਾਲ ਇੰਚਾਰਜ, ਕੁੜੀ ਨੂੰ ਥਾਣੇ ਲੈ ਕੇ ਗਏ ਆ, ਅੱਗੋਂ ਪਤਾ ਕੀ ਬੰਦਾ ਲਿਆਓ ਜੀ ਫਿਰ ਕੇਸ ਕਰਾਂਗੇ। ਮੈਂ ਕਿਹਾ ਮੇਰੀ ਗੱਲ ਸੁਣੋ, ਬੰਦੇ ਦੇ ਲੁੱਟਾ ਖੋਹਾ ਕਰਦੀਆਂ, ਪਰਚਾ ਨਹੀਂ ਬਣਦਾ? ਕਹਿੰਦੇ ਬਣਦਾ ਵਾ, ਪਰ ਅਸੀਂ ਕਿੱਦਾਂ ਦੇ ਦਈਏ, ਅਸੀਂ ਪਰਚਾ ਦੇ ਹੀ ਨਹੀਂ ਸਕਦੇ। ਮੈਂ ਕਿਹਾ ਜੇ ਜਨਾਨੀ ਕਤਲ ਕਰਦੇ ਇਕੱਲੀ? ਕਹਿੰਦੇ ਫੇਰ ਬਣਦਾ, ਤੇ ਮੈਂ ਕਿਹਾ ਤੁਸੀਂ ਕਤਲ ਵਾਲਾ ਪਰਚਾ ਜੀ ਦੇਣਾ ਤੇ ਇਹ ਪਰਚਾ ਦੇ ਕੇ ਅੰਦਰ ਠੋਕੋ। ਅੱਛਾ ਮੇਰੀ ਗੱਲ ਦਾ ਕੀ ਜਵਾਬ ਦੇ ਦਿਓ ਵੀ ਜਿੱਦਾਂ ਇਹ ਪਬਲਿਕ ਘੁੰਮਣ ਰਹੀ ਆ, ਤਿੰਨ ਬੰਦੇ ਆਪਾਂ ਰੋਕ ਦਿੰਦੇ ਹਾਂ ਵੀ ਤੁਸੀਂ ਤਿੰਨ ਬੰਦੇ ਕਿਉਂ ਬੈਠੇ ਹੋ, ਤੇ ਤੁਸੀਂ ਸਰ ਤਿੰਨ ਬੰਦੇ ਬਹਿੰਦੇ ਹੋ ਗੱਡੀ ਦੇ, ਮੋਟਰਸਾਈਕਲ ਤਿੰਨ ਤਿੰਨ ਬੰਦੇ ਬਹਿੰਦੇ ਨਾ, ਅਸੀਂ ਤਾਂ ਰੋਕ ਨਹੀਂ ਸਕਦੇ ਨਾ। ਅੱਛਾ ਇੱਕ ਮਿੰਟ ਮੇਰੀ ਸੁਣਿਓ, ਹੁਣ ਆਪਾਂ ਉਹ ਜਿਹੜੇ ਤਿੰਨ ਬੰਦੇ ਵਹਿੰਦੇ ਆ, ਹੁਣ ਸਾਨੂੰ ਕੀ ਪਤਾ ਕੌਣ ਆ ਕੌਣ ਨਹੀਂ, ਇੱਥੇ ਤੁਸੀਂ ਬੱਸ ਸਟੈਂਡ ਚਲ ਜਾਓ, ਇੱਕ ਆਟੋ ਵਾਲਾ ਕਹਿੰਦੇ ਵੀ ਬਾਬੇ ਹੋਣੀ ਗਲਤ ਆ, ਇਹਨਾਂ ਦੀ ਜੁੱਤੀ ਤੇ ਸਾਡਾ ਸਿਰ, ਅਸੀਂ ਇਹ ਚੀਜ਼ ਮੰਨਾਂਗੇ, ਠੀਕ ਆ ਤੁਹਾਨੂੰ ਦਸ ਕੁੜੀਆਂ ਬਣਾਉਣਾ, ਆ ਵੀਡੀਓ ਪਈਆਂ 'ਚ, ਮੈਂ ਤੁਹਾਨੂੰ ਤਾਂ ਮੰਨ ਜੂਗਾ ਇੱਥੇ ਤੁਹਾਡੇ, ਮੈਂ ਨਾ ਵੀ ਤੁਹਾਡੇ ਪੈਰ ਚੁੰਮ ਚੁੰਮ ਪੀਵਾਂਗੇ, ਅਸੀਂ ਧੋ ਧੋ ਕੇ ਪੀਵਾਂਗੇ, ਆ ਮੈਂ ਤੁਹਾਨੂੰ ਪ੍ਰੂਫਾਂ ਸਮੇਤ ਕੁੜੀਆਂ ਦੇ ਦਿੰਦਾ, ਪ੍ਰੂਫਾਂ ਸਮੇਤ, ਮੈਂ ਕਿਹਾ ਸਰ ਪ੍ਰੂਫਾਂ ਸਮੇਤ ਕੁੜੀਆਂ ਦਿੰਦਾ, ਦੋ ਪਰਚਾ ਜੇ ਸਰਕਾਰ ਕਰਦੀ ਹੈ ਕੁਛ ਤੇ ਦੋ, ਮੈਂ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਗਲਤ ਨਹੀਂ ਕਹਿੰਦਾ, ਉਹ ਸਰ ਹੁਣ ਮੇਰੀ ਕੌਣ ਕਹਿੰਦਾ, ਕੌਣ ਮੇਰੀ ਗੱਲ ਸੁਣੋ ਨਾ, ਤਾਂ ਹੀ ਤੇ ਅਸੀਂ ਕੁਝ ਕਹਿੰਦੇ ਨਹੀਂ ਉਹਨਾਂ ਨੂੰ, ਅਸੀਂ ਤਾਂ ਹੀ ਇਹਨਾਂ ਨੂੰ ਭਜਾਉਂਦੇ ਹਾਂ, ਅਸੀਂ ਇਹਨਾਂ ਨੂੰ ਕਦੀ ਨਹੀਂ ਕੋਈ ਕਿਹਾ, ਨਾ ਸ਼ਰਧਾਲੂ ਫੜੀਦਾ ਵਾ, ਅਸੀਂ ਸ਼ਰਧਾਲੂ ਨੂੰ ਇਹ ਕਹੀਦਾ ਵੀਰ ਤੂੰ ਗੰਦ 'ਚ ਹੁਣ ਮੁੰਡਾ ਫੜਿਆ, ਆਪਾਂ ਕੁਝ ਕਿਹਾ ਇਹੋ ਕਿਹਾ ਵੀ ਤੁਹਾਡੇ ਘਰੇ ਮਾਲ ਧੈਣ ਆ, ਤੁਸੀਂ ਉੱਧਰੋਂ ਵੇਖ ਕੇ ਤੁਰਿਆ ਕਰੋ, ਇਹਨਾਂ ਨੂੰ ਬਿਮਾਰੀਆਂ ਲੱਗੀਆਂ ਐਡਜ਼ ਦੀਆਂ, ਉਹ ਤੁਹਾਨੂੰ ਵੀ ਲੱਗਣਗੀਆਂ, ਕੋਈ ਫਾਇਦਾ ਨਹੀਂ ਹੈਗਾ, ਤੁਸੀਂ ਗੰਦ 'ਚ ਵੜਦੇ ਜੇ, ਅਸੀਂ ਉਹਨਾਂ ਨੂੰ ਸਮਝਾ ਕੇ ਤੋਰੀ ਦੀ, ਪਰ ਇਹ ਸਾਡੀਆਂ ਗੱਲਾਂ ਨਹੀਂ ਸਮਝਦੀਆਂ, ਜੇ ਅਸੀਂ ਪ੍ਰਸ਼ਾਸਨ ਕੋਲ ਕਦੀ ਅੱਜ ਤੱਕ ਨਹੀਂ ਗਏ ਸਰ ਲਓ ਫੜ ਲਓ ਆਹ ਕਰ ਲਓ ਸਰ, ਕਿਉਂਕਿ ਪਤਾ ਸਾਨੂੰ ਇਹਨਾਂ ਨਹੀਂ ਕੋਈ ਕਰਨਾ, ਜੇ ਉੱਧਰ ਲੈ ਕੇ ਗਏ ਆ ਤਾਂ ਸਾਰ ਹੋਣੀ ਉੱਦਾਂ ਡਿਊਟੀ 'ਤੇ ਨਹੀਂ ਸਾਨੂੰ ਲੱਭੇ, ਆ ਉੱਦਾਂ 1 ਵਜੇ ਗੱਡੀ ਪਤਾ ਨਹੀਂ ਕਿੱਥੇ ਤੇਤੋ ਇੰਨੀ 2 ਵਜੇ, ਅਤੇ ਗੱਡੀ ਸਵੇਰੇ ਆਉਂਦੀ ਫਿਰ 5 ਵਜੇ ਜਦੋਂ ਦਿਨ ਚੜ੍ਹਨ ਲੱਗ ਪਿਆ, ਸਾਨੂੰ ਕੰਪਲੇਂਟਾਂ ਆਉਂਦੀਆਂ, ਇੱਕ ਜਗ੍ਹਾ ਗੱਡੀ ਆਪਾਂ ਨਹੀਂ ਲਾ ਸਕਦੇ। ਅੱਛਾ 1 ਮਿੰਟ, ਕੰਪਲੇਟਾਂ 4 ਘੰਟੇ ਲੱਗ ਜਾਂਦੇ ਤੁਹਾਨੂੰ ਕੰਪਲੇਟਾਂ ਦੇਣ? ਹੋ ਸਕਦਾ 4 ਘੰਟੇ ਲੱਗਦੇ, ਜਿੱਦਾਂ ਤੁਸੀਂ ਹੁਣ ਆਏ ਕਿਹੜੀ ਕੰਪਲੇਟ ਤੇ 4 ਘੰਟੇ ਲੱਗਦੇ, ਤੁਸੀਂ ਮੈਨੂੰ ਇਹ ਦੱਸੋ ਤੁਹਾਨੂੰ ਕਿੰਨਾ ਚਿਰ ਹੋ ਗਿਆ ਇੱਥੇ ਗੱਲ ਕਰਦੇ? ਨਹੀਂ ਨਹੀਂ, ਚਲੋ ਦੱਸੋ 1 ਘੰਟਾ ਹੋ ਗਿਆ, ਕਿਹੜਾ ਕੇਸ ਹੁੰਦਾ ਜੀ ਤੇ 4 ਘੰਟੇ ਲੱਗ ਜਾਂਦੇ? ਇਹੋ ਸਰ ਮੀਆਂ ਬੀਵੀ ਲੜਾਈ ਹੋਈ ਹੋਏ, ਐਂ ਕਿਸੇ ਘਰ ਕਿਸੇ ਹੋਏ ਉਹਦੇ ਫਾਈਨਲ ਕਰਾਉਣ ਦੇ ਹੋਏ। ਅੱਛਾ ਤੇ ਤੁਸੀਂ ਹੋਰ ਕਿਸ ਨੂੰ ਫੋਨ ਕਰੋ, ਥਾਣੇ ਕਰੋ ਫੋਨ? ਉਹ ਤੁਹਾਡਾ ਕੰਮ ਹੈ ਰਾਊਂਡ ਤੇ, ਤੁਹਾਡਾ ਕੰਮ ਆ ਸਿਰਫ ਰਾਊਂਡ ਤੇ ਰਾਊਂਡ ਰਿਪੋਰਟ ਕਰਨੀ, ਹੁਣ ਪੱਤਰਕਾਰ ਦਾ ਕੰਮ ਆ ਨੇ ਵੀਡੀਓ ਬਣਾਉਣੀ, ਅੱਗੇ ਚੱਲ ਜਾਣਾ ਸਾਡਾ ਕੰਮ ਆ ਵੀ
ਮਾੜੇ ਕੰਮ ਨੂੰ ਮਿਟਾਣਾ ਤੁਹਾਡਾ ਕੰਮ ਆ ਤੁਸੀਂ ਮਾੜੇ ਕੰਮ ਨੂੰ ਆਪਾਂ ਮਿਟਾਵਾਂਗੇ ਕੋਸ਼ਿਸ਼ ਪੂਰੀ ਕਰਾਂਗੇ ਮੈਂ ਇੱਕ ਗੱਲ ਦੱਸਾਂ ਜਿਸ ਤਰ੍ਹਾਂ ਕਿਸੇ ਵੀ ਕ੍ਰਾਈਮ ਤੋਂ ਬਾਅਦ ਪੁਲਿਸ ਮਾਮਲੇ ਦਾ ਖਰੜਾ ਤਿਆਰ ਕਰਕੇ ਰਿਪੋਰਟ ਦਰਜ ਕਰਦੀ ਹੈ ਉਸੇ ਤਰ੍ਹਾਂ ਸਾਰਾ ਕੰਮ ਇਸ ਘਟਨਾ ਦੌਰਾਨ ਵੀ ਹੋਇਆ ਫਰਕ ਸਿਰਫ ਇੰਨਾ ਸੀ ਕਿ ਇੱਥੇ ਸਾਰਾ ਕੰਮ ਪੁਲਿਸ ਨੇ ਸਗੋਂ ਕਾਨੂੰਨ ਨੂੰ ਹੱਥ ਵਿੱਚ ਲੈ ਕੇ ਨਿਹੰਗ ਸਿੰਘ ਖੁਦ ਕਰਦੇ ਨਜ਼ਰ ਆਏ ਦੂਜੇ ਪਾਸੇ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਕਿ ਤੁਹਾਨੂੰ ਕਾਨੂੰਨ ਹੱਥ ਵਿੱਚ ਲੈਣ ਦਾ ਕੋਈ ਅਧਿਕਾਰ ਨਹੀਂ ਤੁਹਾਡੀਆਂ ਅਕਸਰ ਵੀਡੀਓ ਸਾਹਮਣੇ ਆਉਂਦੇ ਨੇ ਜੇਕਰ ਤੁਸੀਂ ਕੁੱਟਮਾਰ ਕਰਦੇ ਹੋ ਤੇ ਉਹਨਾਂ ਕਿਹਾ ਕਿ ਜੇਕਰ ਕੋਈ ਅਜਿਹਾ ਮਾਮਲਾ ਸਾਹਮਣੇ ਆਉਂਦਾ ਤਾਂ ਪੁਲਿਸ ਨੂੰ ਨਾਲ ਲਿਜਾਇਆ ਜਾਵੇ ਖੁਦ ਕਾਨੂੰਨ ਨੂੰ ਹੱਥ ਵਿੱਚ ਨਹੀਂ ਲੈਣਾ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ